हेलो ओ रहता यार पूरे बंदा ओ बसटो पूरे बंदा यार साहिल जी। आप कौन सी कंपनी में जाते हैं? PRTC कनेक्ट भाई। तो कहाँ से कहाँ जा रहे थे आपकी बस? पटियाला से अमृतसर। तो कहाँ हुआ ये हादसा, कब हुआ ये? ये टोल टैक्स से होया 750 से। हाँ, लाडवा टोल टैक्स से। तो हुआ क्या? होया कुछ नहीं, बराबर ले आके गाला कटन लग गया। मैं बारी च गया, बारी च मां वीरे की हो गया ते आके मेरी चैनी चैनी खोन लग गए ते थप्पड़ मारे मेरे बदमाशा ने। अच्छा जी। ते थोड़ी अगे गए सी, ड्राइवर उतर के आया, पूछे की हो गया, ਤੇ ਉਹਨਾਂ ਕੋਲ ਦੋ ਕੱਟੇ ਸੀਗੇ। ਉਹ ਇੱਕ ਮੋਟਰਸਾਈਕਲ ਸੀ, ਇੱਕ ਸਕੂਟਰੀ ਸੀ। ਮੋਟਰਸਾਈਕਲ ਤੇ ਦੋ ਜਣੇ, ਸਕੂਟਰੀ ਤੇ ਇੱਕ ਜਣਾ। ਤੇ ਉਹਨਾਂ ਕੋਲ ਪਿਸਟਲ ਸੀਗੇ, ਉਹਨਾਂ ਨੇ ਪਿਸਟਲ ਦਿਖਾਉਣ ਲੱਗ ਗਏ। ਤੇ ਉਹ ਦਿਖਾਉਣ ਲੱਗ ਗਏ, ਡਰਾਉਣ ਲੱਗ ਗਏ, ਕਹਿੰਦੇ ਜਿੱਲੇ ਵੀ ਆਏ ਕਹਿੰਦੇ ਵੀ ਅਸੀਂ ਮਾਰ ਦਾਂਗੇ ਤੁਹਾਨੂੰ, ਮਾਰ ਦਾਂਗੇ। ਫਿਰ ਅਸੀਂ ਦੂਰ ਹੋ ਗਏ ਉਹਨਾਂ ਤੋਂ, ਫਿਰ ਉਹ ਇੰਨੇ 'ਚ ਭੱਜ ਗਏ। ਰਹਿ ਪਟਿਆਲਾ ਜੀ। ਹਾਂ ਜੀ, ਮੇਰੇ ਨਾਲ ਨਹੀਂ ਸੀਗਾ, ਕਦੋਂ ਕਿਸੇ ਸਵਾਰੀ ਦੇ ਮਾਰ ਦਿੰਦੇ ਜੀ। ਇੰਨੀਆਂ ਸਵਾਰੀਆਂ ਸੀਗੀਆਂ, ਗੱਡੀ ਭਰੀ ਹੋਈ ਸੀਗੀ, ਬੇ ਸਵਾਰੀਆਂ ਦੀ ਸੀਟਡ ਗੱਡੀ ਸੀ ਪੂਰੀ। ਚੈਨੀ ਹੋ ਗਏ 10,000 ਰੁਪਇਆ ਸੀਗਾ ਜੀ, ਬਾਕੀ ਮੇਰੇ ਕੋਲ ਹੈਗੇ ਨੇ, ਬਾਕੀ ਲੈ ਗਏ ਹੋ ਗਏ। ਹਾਂ ਹਾਂ, ਚੈਨੀ ਪਤਾ ਨਹੀਂ ਡਿੱਗ ਗਈ ਉੱਥੇ, ਪਤਾ ਨਹੀਂ ਲੈ ਗਏ ਉਹ, ਪਰ ਪਤਾ ਨਹੀਂ ਹੈਗਾ, ਨਹੀਂ ਭੇਜ ਲੱਗਿਆ। ਹਾਂ ਜੀ, ਉਹ ਕਹਿੰਦੇ ਕਾਰਵਾਈ ਕਰਾਂਗੇ। ਗੱਡੀ ਉੱਥੇ ਖੜੀ ਹੈ ਜੀ, ਸਵਾਰੀਆਂ ਦੂਸਰੀ ਗੱਡੀ ਨੂੰ ਦੇਖਣਾ। ਅੱਜ ਸਾਨੂੰ ਇਹ ਇਨਫੋਰਮੇਸ਼ਨ ਮਿਲੀ ਕਿ ਸਾਹਿਲ ਜੋ ਕਿ PRTC ਦਾ ਮੁਲਾਜ਼ਮ ਹੈ, ਕੰਡਕਟਰ ਹੈਗਾ, ਉਹਨੇ ਇੱਥੇ ਲੱਡੋਵਾਲ ਟੋਲ ਪਲਾਜ਼ਾ ਤੋਂ ਆਪਣੇ ਟੋਲ ਦੀ ਪਰਚੀ ਕਟਾ ਕੇ ਉਹ ਥੋੜ੍ਹਾ ਕ੍ਰੋਸ ਹੀ ਕੀਤੇ ਸੀਗੇ, ਅਤੇ ਉਹਨਾਂ ਦੇ ਦੱਸਣ ਮੁਤਾਬਕ ਕਿ ਦੋ ਜਣੇ ਮੋਟਰਸਾਈਕਲ 'ਤੇ ਆਏ ਔਰ ਇੱਕ ਐਕਟਿਵਾ 'ਤੇ ਹੈਗਾ ਸੀਗਾ, ਅਤੇ ਆਉਂਦੇ ਉਹਨੇ ਬੱਸ ਦੇ ਨਾਲ ਲਾ ਕੇ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਇਹ ਉੱਥੇ ਦਰਵਾਜ਼ੇ ਦੇ ਕੋਲ ਖੜ੍ਹੇ ਸੀ, ਜਦੋਂ ਇਹਨੇ ਉਹਨੂੰ ਪੁੱਛਿਆ ਅਤੇ ਉਹਨੇ ਇਹਦੇ ਗਲ ਨੂੰ ਹੱਥ ਪਾਇਆ, ਅਤੇ ਇਹਦੇ ਦੱਸਣ ਮੁਤਾਬਕ ਵੀ ਮੇਰੀ ਚੈਨੀ ਜਾਂ ਤਾਂ ਉਹ ਲੈ ਗਏ ਜਾਂ ਥੱਲੇ ਡਿੱਗ ਪਈ ਹੈ ਕਿਤੇ, ਅਤੇ ਨਾਲ ਇਹਦੇ ਕੋਲ ਕੋਈ ਕਲੈਕਸ਼ਨ 'ਤੇ 10,000 ਰੁਪਈਆ ਵੀ ਕਹਿੰਦੇ ਵੀ ਹੈਗਾ ਸੀ, ਉਹ ਵੀ ਉਹ ਲੈ ਗਏ ਆ। ਇਹ ਅੱਜ ਸਵੇਰ 7:50 ਕੀ ਹੈ? ਹਾਂਜੀ ਹਾਂਜੀ, ਰੋਡ ਇਹਨਾਂ ਨੇ ਜਾਮ ਕੀਤਾ ਆ, ਪਰ ਇਹ ਸਾਡੇ ਕੋਲ ਇੰਟੀਮੇਸ਼ਨ ਹੁਣ ਲੈ ਕੇ ਆਏ ਆ, ਜੇ ਪਹਿਲਾਂ ਹੀ ਸਾਡੇ ਕੋਲ ਇੰਟੀਮੇਸ਼ਨ ਲਿਆਉਂਦੇ ਤਾਂ ਅਕੋਰਡਿੰਗਲੀ ਅਸੀਂ ਉਸੇ ਵੇਲੇ ਹੀ ਕਾਰਵਾਈ ਕਰ ਦੇਣੀ। ਹਾਂ, ਉਹ ਬੰਦੇ ਫਰਾਰ ਹੈ, ਬਾਕੀ ਅਸੀਂ ਕੇਸ ਰਜਿਸਟਰ ਕਰ ਰਹੇ ਹਾਂ। ਹਾਂ, CCTV ਦੀ ਫੁਟੇਜ ਵੀ ਅਸੀਂ ਉੱਥੋਂ ਮੌਕੇ 'ਤੇ ਲੈ ਰਹੇ ਹਾਂ, ਇਟ ਇਜ਼ ਅ ਪਾਰਟ ਆਫ ਇਨਵੈਸਟੀਗੇਸ਼ਨ, ਉਹ ਅਸੀਂ ਕਰਕੇ ਅਤੇ ਜਲਦੀ ਇਹਨਾਂ ਬੰਦਿਆਂ ਨੂੰ ਕਾਬੂ ਕਰ ਲਾਂਗੇ। PRTC ਦੀ ਬੱਸ ਹੈਗੀ ਆ, ਉਹਦਾ ਕੰਡਕਟਰ ਹੈ ਜਿਹੜਾ ਸਾਹਿਲ, ਉਹਦੇ ਕਹਿਣ ਮੁਤਾਬਕ ਉਹ ਤੋਂ ਕੈਸ਼ ਵਗੈਰਾ ਕੁਛ ਸਨੈਚ ਹੋਇਆ ਹੈਗਾ। ਕੈਸ਼ 20,000 ਰੁਪਈਆ ਦੱਸ ਰਿਹਾ, ਬਾਕੀ ਵੈਰੀਫਾਈ ਕਰ ਰਹੇ ਹਾਂ ਕਿੰਨਾ ਕੈਸ਼। CCTV ਫੁਟੇਜ ਦੇ ਵਿੱਚ 2-3 ਮੁੰਡੇ ਆਉਂਦੇ ਆ, ਇੱਕ ਐਕਟਿਵਾ ਅਤੇ 2 ਮੋਟਰਸਾਈਕਲ 'ਚ, ਬਾਕੀ ਜਲਦੀ FIR ਰਜਿਸਟਰ ਕਰਕੇ ਉਹਨਾਂ ਨੂੰ ਰਾਊਂਡ ਅਪ ਕਰ ਰਹੇ ਹਾਂ। ਹਾਂਜੀ ਹਾਂਜੀ, ਨਾਲ ਹੀ